ਕੀ ਤੁਹਾਡਾ ਕੈਨੇਡਾ ਦੇ ਵਿੱਚ ਡਿਫਿਕਲਟ ਕੋਰਸ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਪੜ੍ਹਾਈ ਵੀ ਨਾਲ ਨਾਲ ਹੋਵੇ ਤੇ ਕੰਮ ਵੀ ਨਾਲ ਨਾਲ ਹੋਵੇ ਕੀ ਤੁਹਾਨੂੰ ਵੈਬ ਸੀਰੀਜ਼ ਬਹੁਤ ਪਸੰਦ ਨੇ ਤੇ ਤੁਸੀਂ ਚਾਹੁੰਦੇ ਹੋ ਵੀ ਜੌਬ ਤੇ ਤੁਸੀਂ ਨੈਟਫਲਿਕਸ ਵੀ ਦੇਖ ਸਕੋ ਤੇ ਜਾਂ ਫਿਰ ਤੁਸੀਂ ਕੁਰਸੀ ਤੇ ਵਿਹਲੇ ਬਹਿ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਜੇ ਤਿੰਨਾਂ ਸਵਾਲਾਂ 'ਚੋਂ ਇੱਕ ਵੀ ਸਵਾਲ ਦਾ ਜਵਾਬ ਹਾਂ ਹੈ ਤਾਂ ਸਿਕਿਉਰਿਟੀ ਜੌਬ ਤੁਹਾਡੇ ਲਈ ਹੀ ਬਣੀ ਹੈ ਹਾਂਜੀ ਮਿੱਤਰੋ ਕੀ ਹਾਲ ਚਾਲ ਵੈਲਕਮ ਬੈਕ ਟੂ ਅ ਨਿਊ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਵੀ ਜੇ ਤੁਸੀਂ ਸਿਕਿਉਰਿਟੀ ਦੀ ਜੌਬ ਕਰਨੀ ਹੈ ਤਾਂ ਤੁਹਾਨੂੰ ਕਿਹੜੇ ਕਿਹੜੇ ਪ੍ਰੋਸੈਸ ਦੇ ਵਿੱਚੋਂ ਲੰਘਣਾ ਹੋਊਗਾ ਹਰੇਕ ਪ੍ਰੋਸੈਸ 'ਤੇ ਕਿੰਨਾ ਟਾਈਮ ਲੱਗਦਾ ਅਤੇ ਕਿੰਨੇ ਪੈਸੇ ਲੱਗਦੇ ਆ ਉਹ ਸਾਰਾ ਕੁਛ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਊਗਾ ਇਸ ਲਈ ਬਣੇ ਰਹੋ ਐਂਡ ਤੱਕ ਅਤੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਵੀ ਕਰਿਓ ਅਤੇ ਚੈਨਲ ਸਬਸਕ੍ਰਾਈਬ ਵੀ ਕਰਿਓ ਹਾਂਜੀ ਤਾਂ ਸਾਰੇ ਪ੍ਰੋਸੈਸ ਨੂੰ ਜਾਣਨ ਤੋਂ ਪਹਿਲਾਂ ਆਪਾਂ ਇਸ ਜੌਬ ਦੇ ਫਾਇਦਿਆਂ ਦੀ ਗੱਲ ਕਰ ਲਈਏ ਸਭ ਤੋਂ ਵੱਡਾ ਫਾਇਦਾ ਇਸ ਜੌਬ ਦਾ ਇਹ ਹੈ ਕਿ ਤੁਸੀਂ ਕੰਮ ਦੇ ਨਾਲ ਨਾਲ ਪੜ੍ਹ ਵੀ ਸਕਦੇ ਹੋ ਫੋਰ ਐਗਜ਼ਾਮਪਲ ਮੈਂ ਸੋਫਟਵੇਅਰ ਇੰਜੀਨੀਅਰਿੰਗ ਕੋਰਸ ਦੇ ਵਿੱਚ ਇਨਰੋਲਡ ਹੈ ਐਂਡ ਦਿਸ ਕੋਰਸ ਰਿਕੁਆਇਰਸ ਮੀ ਟੂ ਸਟੱਡੀ ਹਾਰਡ ਐਂਡ ਦੈਟ ਇਜ਼ ਵਾਈ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਆਇਆ ਜਿਹੜੀ ਵੀ ਸਾਈਟ 'ਤੇ ਮੈਂ ਕੰਮ ਕਰਦਾ ਮੋਸਟ ਆਫ ਦੀ ਸਾਈਟਸ ਉੱਥੇ ਫੋਨ ਚਲਾਉਣਾ ਅਲਾਊਡ ਹੈ ਉੱਥੇ ਪੜ੍ਹ ਵੀ ਸਕਦਾ ਫੋਨ ਵੀ ਚਲਾ ਸਕਦਾ ਆਈ ਕੈਨ ਡੂ ਵਾਟ ਐਵਰ ਆਈ ਵਾਂਟ ਆਈ ਹੈਵ ਅ ਕਿਊਬੀਕਲ ਐਂਡ ਆਈ ਹੈਵ ਮਾਈ ਪ੍ਰਾਈਵੇਸੀ ਆਈ ਕੈਨ ਡੂ ਵਾਟ ਐਵਰ ਆਈ ਵਾਂਟ ਟੂ ਕੁਝ ਸਾਈਟਸ 'ਤੇ ਤੁਸੀਂ CCTV ਵੀ ਮੋਨੀਟਰ ਕਰਨਾ ਹੋਊਗਾ ਉੱਥੇ ਪੜ੍ਹਨਾ ਅਲਾਊਡ ਨਹੀਂ ਹੈ ਬਟ ਉਹ ਬਹੁਤ ਹੀ ਰੇਅਰ ਓਕੇਜ਼ਨ ਹੁੰਦੀ ਹੈ ਮੇਰੇ ਲਈ ਸੋ ਦਿਸ ਇਜ਼ ਦੀ ਫਸਟ ਬੈਨੀਫਿਟ ਆਫ ਦਿਸ ਪ੍ਰੋਫੈਸ਼ਨ ਦੂਸਰਾ ਬੈਨੀਫਿਟ ਇਸ ਜੋਬ ਦਾ ਇਹ ਹੈ ਵੀ ਇਹ ਥਰੂ ਆਊਟ ਦਾ ਈਅਰ ਚੱਲਦੀ ਹੈ ਕਿਸੇ ਵੀ ਸੀਜ਼ਨ ਦੇ ਵਿੱਚ ਸਲੋ ਡਾਊਨ ਜਾਂ ਬੰਦ ਨਹੀਂ ਹੁੰਦੀ ਅਨਲਾਈਕ ਅਦਰ ਜੋਬਸ ਜੋ ਕਿ ਵਿੰਟਰਸ ਦੇ ਵਿੱਚ ਸਲੋ ਡਾਊਨ ਹੋ ਜਾਂਦੀ ਹੈ ਜਾਂ ਕੰਪਲੀਟਲੀ ਬੰਦ ਹੋ ਜਾਂਦੀ ਹੈ ਈਵਨ ਕਿ ਹੁਣ COVID-19 ਦੀ ਸਿਚੁਏਸ਼ਨ ਹੈ ਬਟ ਦਿਸ ਜੋਬ ਇਜ਼ ਸਟਿਲ ਗੋਇੰਗ ਔਨ ਬਿਕੋਜ਼ ਇਟ ਇਜ਼ ਐਨ ਅਸੈਂਸ਼ੀਅਲ ਸਰਵਿਸ ਹੁਣ ਗੱਲ ਕਰਦੇ ਹਾਂ ਇਸ ਦੇ ਤੀਸਰੇ ਬੈਨੀਫਿਟ ਦੀ ਤੀਸਰਾ ਬੈਨੀਫਿਟ ਇਸ ਦਾ ਇਹ ਹੈ ਵੀ ਇਸ ਜੋਬ ਦੇ ਵਿੱਚ ਕੋਈ ਵੀ ਹਾਰਡ ਵਰਕ ਨਹੀਂ ਹੈ ਕੋਈ ਵੀ ਲੇਬਰ ਵਰਕ ਨਹੀਂ ਹੈ ਤੁਸੀਂ ਸਿਰਫ ਬਹਿਣਾ ਅਤੇ ਮੋਨੀਟਰ ਕਰਨਾ ਐਂਡ ਦੈਟਸ ਆਲ ਯੂ ਹੈਵ ਟੂ ਡੂ ਹੁਣ ਇਸ ਪ੍ਰੋਫੈਸ਼ਨ ਦੇ ਫਾਇਦੇ ਤਾਂ ਜਾਣ ਲਏ ਪਰ ਹੁਣ ਗੱਲ ਕਰਦੇ ਹਾਂ ਵੀ ਆਪਾਂ ਇਹਦਾ ਲਾਇਸੈਂਸ ਕਿਵੇਂ ਬਣਾਉਣਾ ਤਾਂ ਲਾਇਸੈਂਸ ਬਣਾਉਣ ਦੇ ਜਿਹੜਾ ਸਭ ਤੋਂ ਪਹਿਲਾ ਸਟੈਪ ਹੁੰਦਾ ਉਹ ਹੁੰਦਾ ਵੀ ਆਪਾਂ ਇੱਕ ਟ੍ਰੇਨਿੰਗ ਕੰਪਲੀਟ ਕਰਨੀ ਹੁੰਦੀ ਹੈ ਜਿਹਨੂੰ ਕਹਿੰਦੇ ਸਿਕਿਉਰਿਟੀ ਗਾਰਡ ਟ੍ਰੇਨਿੰਗ ਕੋਰਸ ਇਹ ਕੋਰਸ ਪ੍ਰੋਵਾਈਡ ਕੌਣ ਕਰਦਾ ਇਹ ਕੋਰਸ ਪ੍ਰੋਵਾਈਡ ਕਰਦਾ ਸਿਕਿਉਰਿਟੀ ਗਾਰਡ ਟ੍ਰੇਨਿੰਗ ਸੈਂਟਰਸ ਤੁਸੀਂ ਸਿੰਪਲੀ ਗੂਗਲ 'ਤੇ ਟਾਈਪ ਕਰੋ ਸਿਕਿਉਰਿਟੀ ਗਾਰਡ ਟ੍ਰੇਨਿੰਗ ਸੈਂਟਰਸ ਨੀਅਰ ਮੀ ਤੁਹਾਡੇ ਕੋਲ ਇੱਕ ਲਿਸਟ ਆ ਜਾਊਗੀ ਕਾਫੀ ਸਾਰੇ ਸੈਂਟਰਸ ਆ ਇੱਥੇ ਤੁਸੀਂ ਉਹਨਾਂ ਨੂੰ ਕਾਲ ਕਰੋ ਅਤੇ ਪ੍ਰਾਈਜ਼ ਮੈਚ ਕਰੋ ਦੇਖੋ ਕੌਣ ਤੁਹਾਨੂੰ ਸਭ ਤੋਂ ਵਧੀਆ ਪ੍ਰਾਈਜ਼ ਦੇ ਰਿਹਾ ਅਤੇ ਕਿਹੜਾ ਤੁਹਾਡੇ ਘਰ ਦੇ ਨੇੜੇ ਹੈ ਪ੍ਰਾਈਜ਼ ਇਸ ਦਾ ਜਨਰਲੀ ਵੇਰੀ ਕਰਦਾ $150 ਤੋਂ ਲੈ ਕੇ $170 ਦੇ ਵਿੱਚ ਵਿੱਚ ਤੁਹਾਡਾ ਟ੍ਰੇਨਿੰਗ ਕੋਰਸ ਹੁੰਦਾ ਅਤੇ ਜਿਹੜਾ ਤੁਹਾਨੂੰ ਬੈਸਟ ਲੱਗਦਾ ਉਹ ਤੁਸੀਂ ਚੂਜ਼ ਕਰ ਲਓ ਉਹਨਾਂ ਨਾਲ ਤੁਸੀਂ ਅਪੁਆਇੰਟਮੈਂਟ ਬੁੱਕ ਕਰੋ ਅਤੇ ਅਪੁਆਇੰਟਮੈਂਟ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਉਹਨਾਂ ਦੇ ਆਫਿਸ ਜਾਣਾ ਅਤੇ ਇੱਕ ਸਰਟੀਫਿਕੇਟ ਲੈ ਕੇ ਆਉਣਾ ਹੁੰਦਾ ਜੋ ਕਿ ਹੁੰਦਾ ਐਮਰਜੈਂਸੀ ਫਸਟ ਏਡ ਐਂਡ CPR ਲੈਵਲ ਬੀ ਜਾਂ ਲੈਵਲ ਸੀ ਲੈਵਲ ਬੀ ਵੀ ਚੱਲਦਾ ਲੈਵਲ ਸੀ ਵੀ ਚੱਲਦਾ ਬਟ ਪ੍ਰੈਫਰੇਬਲ ਹੈ ਵੀ ਤੁਸੀਂ ਲੈਵਲ ਸੀ ਲਓ ਬਿਕੋਜ਼ ਲੈਵਲ ਸੀ ਇਜ਼ ਹਾਇਰ ਦੈਨ ਲੈਵਲ ਬੀ ਤੁਹਾਨੂੰ ਇਹ ਸਰਟੀਫਿਕੇਟ ਮਿਲ ਜੂਗਾ ਜਦੋਂ ਤੁਸੀਂ ਇੱਕ ਦਿਨ ਦੀ ਕਲਾਸ ਲਾ ਕੇ ਆਉਂਗੇ ਅਤੇ ਜਿਹੜਾ ਹਾਫ ਪਾਰਟ ਆਫ ਦਿਸ ਟ੍ਰੇਨਿੰਗ ਕੋਰਸ ਹੈ ਉਹ ਹੈ ਵੀ ਤੁਸੀਂ 40 hours ਦੀ ਔਨਲਾਈਨ ਵੀਡੀਓਜ਼ ਦੇਖਣੀ ਆ ਹੁਣ ਇਸੇ ਚੀਜ਼ ਦੀ ਮੈਂ ਗੱਲ ਕਰ ਰਿਹਾ ਵੀ ਜਿਵੇਂ ਹੁਣ COVID-19 ਦੀ ਸਿਚੁਏਸ਼ਨ ਹੈ ਤਾਂ ਤੁਹਾਡੇ ਕੋਲ ਟਾਈਮ ਹੈ ਅਤੇ ਇਹ ਟਾਈਮ ਨੂੰ ਯੂਟੀਲਾਈਜ਼ ਕਰ ਸਕਦੇ ਹੋ 40 hours ਦੀ ਵੀਡੀਓ ਦੇਖਣ ਦੇ ਵਿੱਚ ਹੁਣ ਇਹ ਇਸ ਤਰ੍ਹਾਂ ਯੂਟੀਲਾਈਜ਼ ਹੋ ਸਕਦਾ ਵੀ ਤੁਸੀਂ ਜਿਹੜੇ ਟ੍ਰੇਨਿੰਗ ਸੈਂਟਰਸ ਦੀ ਲਿਸਟ ਕੱਢੋਗੇ ਉਹਨਾਂ ਨੂੰ ਤੁਸੀਂ ਕਾਲ ਕਰੋ ਵੀ ਜਿਵੇਂ COVID-19 ਦੀ ਸਿਚੁਏਸ਼ਨ ਹੈ ਅਸੀਂ ਇਨ ਕਲਾਸ ਤਾਂ ਬਾਅਦ ਵਿੱਚ ਹੀ ਲਾ ਸਕਦੇ ਹਾਂ ਬਟ ਜਿਹੜਾ 40 hours ਉਹ ਅਸੀਂ ਇਸ ਵੇਲੇ ਕੰਪਲੀਟ ਕਰ ਸਕਦੇ ਹਾਂ ਤਾਂ ਤੁਸੀਂ ਉਹਨਾਂ ਨੂੰ ਕਹੋ ਅਸੀਂ ਜਿਹੜਾ ਤੁਹਾਡੀ ਟ੍ਰੇਨਿੰਗ ਕੋਰਸ ਦੀ ਫੀ ਹੈ ਉਹ ਤੁਹਾਨੂੰ ਈ ਟ੍ਰਾਂਸਫਰ ਕਰ ਦਿੰਦੇ ਹਾਂ ਤਾਂ ਜਦੋਂ ਤੁਸੀਂ ਈ ਟ੍ਰਾਂਸਫਰ ਕਰੋਗੇ ਤਾਂ ਉਹ ਤੁਹਾਨੂੰ ਇੱਕ ਯੂਜ਼ਰਨੇਮ ਦੇ ਦੇਣਗੇ ਅਤੇ ਇੱਕ ਪਾਸਵਰਡ ਦੇ ਦੇਣਗੇ ਤੁਸੀਂ ਉਹਨਾਂ ਵੈਬਸਾਈਟ 'ਤੇ ਜਾ ਕੇ ਸਾਈਨ ਅਪ ਕਰ ਲੈਣਾ ਅਤੇ ਤੁਹਾਨੂੰ ਐਕਸੈਸ ਹੋ ਜਾਊਗਾ ਇਹ 40 hours ਦੀ ਵੀਡੀਓਜ਼ ਦੇ ਵਿੱਚ ਤਾਂ ਸਿੰਪਲੀ ਤੁਸੀਂ 40 hours ਦੀ ਵੀਡੀਓਜ਼ ਦੇਖੋ ਅਤੇ ਆਪਦਾ ਟ੍ਰੇਨਿੰਗ ਕੰਪਲੀਟ ਕਰੋ ਅਤੇ ਜਦੋਂ ਇਹ ਟ੍ਰੇਨਿੰਗ ਕੰਪਲੀਟ ਹੁੰਦੀ ਹੈ ਤਾਂ ਜਿਹੜਾ ਸੈਂਟਰ ਜਿਹਦੇ ਨਾਲ ਤੁਸੀਂ ਲਿੰਕ ਹੋਏ ਹੋ ਉਹ ਤੁਹਾਨੂੰ ਟ੍ਰੇਨਿੰਗ ਕੰਪਲੀਸ਼ਨ ਨੰਬਰ ਦਿੰਦਾ ਹੈ ਅਤੇ ਟ੍ਰੇਨਿੰਗ ਕੰਪਲੀਸ਼ਨ ਨੰਬਰ ਆਪਾਂ ਨੂੰ ਸਟੈਪ 2 ਦੇ ਵਿੱਚ ਚਾਹੀਦਾ ਹੁੰਦਾ ਹੁਣ ਵੱਧਦੇ ਆਪਾਂ ਸਟੈਪ 2 ਹੁਣ ਗੱਲ ਕਰਦੇ ਹਾਂ ਸਟੈਪ 2 ਦੀ ਸਟੈਪ 2 ਦੇ ਵਿੱਚ ਆਪਾਂ ਸਿਕਿਉਰਿਟੀ ਗਾਰਡ ਦਾ ਐਗਜ਼ਾਮ ਬੁੱਕ ਕਰਨਾ ਹੁੰਦਾ ਐਗਜ਼ਾਮ ਬੁੱਕ ਕਰਨ ਲਈ ਆਪਾਂ ਨੂੰ ਡੇਟ ਆਫ ਬਰਥ ਐਂਡ ਟ੍ਰੇਨਿੰਗ ਕੰਪਲੀਸ਼ਨ ਨੰਬਰ ਚਾਹੀਦਾ ਹੁੰਦਾ ਜੋ ਕਿ ਆਪਾਂ ਨੂੰ ਸਟੈਪ 1 ਦੇ ਵਿੱਚੋਂ ਮਿਲਦਾ ਹੁਣ ਇਹ ਐਗਜ਼ਾਮ ਬੜਾ ਹੀ ਸਿੰਪਲ ਐਗਜ਼ਾਮ ਹੁੰਦਾ ਇਸ ਦੇ ਵਿੱਚ ਅਰਾਊਂਡ 60 questions ਹੁੰਦੇ ਆ ਅਤੇ ਆਪਾਂ 70% ਸਕੋਰ ਕਰਨਾ ਹੁੰਦਾ ਕੁਸ਼ਚਨਸ ਇਸ ਐਗਜ਼ਾਮ ਦੇ ਵਿੱਚ ਬੜੇ ਈਜ਼ੀ ਹੁੰਦੇ ਆ ਜਿਵੇਂ ਕਿ ਤੁਹਾਨੂੰ ਇੱਕ ਸਿਨੈਰੀਓ ਦੇ ਦੇਣਗੇ ਵੀ ਤੁਸੀਂ ਇਸ ਸਾਈਟ 'ਤੇ ਕੰਮ ਕਰ ਰਹੇ ਹੋ ਅਤੇ ਇੱਕ ਇਹ ਐਮਰਜੈਂਸੀ ਕੰਡੀਸ਼ਨ ਇਸ ਸਾਈਟ 'ਤੇ ਹੋ ਗਈ ਹੈ ਤਾਂ ਤੁਸੀਂ ਇਸ ਐਮਰਜੈਂਸੀ ਕੰਡੀਸ਼ਨ ਨੂੰ ਰਿਸਪੋਂਡ ਕਿਵੇਂ ਕਰੋਗੇ ਤਾਂ ਤੁਹਾਨੂੰ 4 options ਦਿੱਤੀਆਂ ਹੋਣਗੀਆਂ ਜਿਹੜਾ ਤੁਹਾਨੂੰ ਬੈਸਟ ਲੱਗੂਗਾ ਵੀ ਮੈਂ ਇਸ ਤਰੀਕੇ ਨਾਲ ਰਿਸਪੋਂਡ ਕਰੂੰਗਾ ਉਹ ਤੁਸੀਂ ਸਿਲੈਕਟ ਕਰ ਲਓ ਇਹ ਐਗਜ਼ਾਮ ਉੱਥੇ ਹੀ ਹੁੰਦਾ ਜਿੱਥੇ ਆਪਣਾ ਜੀਵਨ ਦਾ ਡਰਾਈਵ ਟੈਸਟ ਹੁੰਦਾ
सिर्फ डिफरेंस ये एग्जाम के विच ये है भी जीवन कंप्यूटर पर होंगे वेयर एज ए एग्जाम पेन एंड पेपर बेस्ड एग्जाम है। सब तो वड्डी गल ए एग्जाम दे विच वेटिंग पीरियड बहुत होंगे, जिमें जे तुसी अज बुक करना चाहो तो तुहानू अराउंड महीने बाद दी डेट मिलेगी, तो तुसी यू शुड कीप दैट इन माइंड ते उस हिसाब नाल आपदा प्रोसीजर चलाना चाहिए। टॉकिंग अबाउट द फीस ऑफ द एग्जाम, द फी ऑफ द एग्जाम इज अप्रोक्सीमेटली $75। हुण गल करदे हां स्टेप थ्री की, तो तुहाडे कोल ट्रेनिंग कंप्लीशन नंबर आया, तुसी एग्जाम बुक किया, तो सुख नाल तुसी एग्जाम दे विच पास भी होए। हुण गल आंदी है लाइसेंस अप्लाई करन दी, जिहड़ी वैबसाइट ते तुसी लाइसेंस अप्लाई करना है उसका लिंक तुहानू डिस्क्रिप्शन दे विच मिल जूगा। तो गल करिए ये लाइसेंस की फीस की, तो दिल थाम के बहजो भी वह होंगी है $80। हाँ जी $80, तो ये तो फी पे करो तो 7 to 14 दिन के तुहाडे कोल सॉफ्ट कॉपी आजूगी, तो अराउंड महीने के तुहाडे कोल हार्ड कॉपी होगी। जे तुसी जॉब करनी है तो तुसी सॉफ्ट कॉपी पर भी कर सकते हो, देयर इज़ नो रिस्ट्रिक्शन कि तुहाडे कोल हार्ड कॉपी होनी चाहिए है, तुसी सॉफ्ट कॉपी पर भी जॉब कर सकते हो। जो टोटल आप टाइम देखिए भी कितना लग गया इस दे विच, तां जिहड़े आप पहले 40 घंटे की वीडियो देखनी सी तुहाडे ते डिपेंड करूगा वी किन्ने दिनों दे विच देखते हो, तो जिहड़ा अपना एग्जाम सीगा वह महीने की वेटिंग ते बुक हुंदा सीगा, तो जिहड़ा अपना लाइसेंस है वह तो 2 हफ्ते लग जांदे आउंदे, तो टोटल अपना 1.5 महीने दे विच विच सारा लाइसेंस तुहाडे हाथ दे विच होगा। तो हुण गल करिए आप इहते किन्ने पैसे लगे, सब तो पहले जिहड़ा आप कोर्स लिता वह अराउंड $150 का लिता, फिर आप $75 दे विच एग्जाम बुक किया, तो फिर $80 के आप लाइसेंस अप्लाई किया, तो टोटल अपने को 300 to 310 अपने को लाइसेंस तैयार है। तो यह भी आप लाइसेंस किमें बना लेना, जो आप लाइसेंस बना लिया हम आप जानते भी आप इसकी जॉब किमें लभनी है, तो आप वेज कि एक्सपैक्ट कर सकते हैं, कमाई की गल हम आऊगी, तो इसलिए अगे वीडियो जरूर देखियो। हुण आने मेन मुद्दे ते भी कमाई किन्ने हुंदी है। चलो पहले कमाई तो पहले आप गल करते हैं भी आप जॉब लभनी किवें आ, तो जॉब लभन के 2 सिनेरियो होंगे, एक तो इंडीड ते पोस्टिंग्स पाइया होंगे लोगों ने भी एक ये इवेंट ऑर्गेनाइज हो रहा है, या फिर एक प्राइवेट क्लाइंट है उन्हें गार्ड की जरूरत है, ये शिफ्ट अवेलेबल है तो ये पेरेट है, तो सिंपली उन्होंने रिएक्ट करना है भी हाँ जी मैं विलिंग है करने लई, अपॉइंटमेंट बुक करो, अपॉइंटमेंट मीनस इंटरव्यू होगी थोड़ी, तो मोस्ट प्रोबेबली हायर हो ही जाऊंगे बिकॉज सिक्योरिटी गार्ड के एक्सपीरियंस इन्ना मैटर नहीं करता, फ्रैशर भी जॉब मिल जाती है बिकॉज इट इज़ एन ईजी जॉब नॉट अ हार्ड वन। तो दूसरी चीज़ होंगी है दूसरा सनैरियो भी तुम किसी कंपनी कन्नी हायर हो जाओ वो ज़्यादा बैटर ऑप्शन होंगी है, ये सैकेंड सनैरियो पेरेट तो पहले वाले सनैरियो नाल थोड़ा घट होगा बिकॉज कंपनी के आपदे मार्जन है, बट तुम्हें एक श्योरिटी होगी भी तुहाडे कोल शिफ्ट्स हैगी हैं, जो फर्स्ट सनैरियो आप लभनी है शिफ्ट्स तो सारा कुछ आप करना एंड दैट इज़ रियली अ हैडेक, तो सैकेंड सनैरियो आपका चूज करो भी तुम कंपनी कन्नी हायर हो, तो कंपनी कन्नी हायर होने लिए कंपनीज की सर्च करो भी सिक्योरिटी कंपनीज, तो उन्होंने ईमेल आपका रेज्यूमे कर दो, बैटर होंगे भी जो थोड़ा कोई फ्रेंड है, मोस्टली सारे के फ्रेंड होंगे ही है प्रोफेशन के, उन्होंने कहो भी साड़ी तुम आपकी रेफरेंस पाओ क्योंकि रेफरेंस ना ईजीली मिलती है जॉब, मैं भी आपकी जॉब रेफरेंस ना ही मिली है, तो तुहानू भी मैं प्रैफर करूँगा तुसी किसी फ्रेंड नू कहो तो वो तुहाडी रेफरेंस पावे। तो हुण गल करते हैं वेज की, हाँ जी जिहड़ा तां सैकेंड सनैरियो भी तुसी कंपनी कन्नी हायर हो रहे हो, तो इहदे विच तुसी आपदी वेज एक्सपैक्ट कर सकते हो भी $14, $16 पर आवर, इन्नी की वेज है ज़्यादा नहीं है। जे तुसी स्पैशल इवेंट जिवें कि इंडीड तुसी देखिया भी स्पैशल इवेंट आ रहा तुहाडे कोल लाइसेंस हैगा तुसी वो कहता भी हाँ जी मैं इवेंट दे विच एज अ गार्ड रोल परफॉर्म करूँगा, तो उहदे विच तुसी आपदी वेज एक्सपैक्ट कर सकते हो भी हायर होगी, तो हायर किन्नी होगी $18 भी हो सकती है तो $20 तक भी जा सकती है, बट वो चांसिज घट जाते भी वह तुम्हें शिफ्ट मिले ना मिले, फर्स्ट के चांसिज ज़्यादा होंगे बट वेज थोड़ी घट होगी। मैं सैकेंड सनैरियो नाल ही गया भी कंपनी कन्नी हायर हो, बाकी तुहाडी चॉइस है तुसी सनैरियो 1 नाल जाना है सनैरियो 2 नाल। तो यह सी अज्ज दी वीडियो, इहदे विच तुहानू दस्सदा मैं भी प्रोसैस की है, किन्ने पैसे लगते हैं, किन्ना टाइम लगता है, तो आप हुण गल करिए भी COVID-19 की सिचुएशन है भी सारे घर फ्री बैठे है, तो मैं कहूँगा भी तुसी आपदे नेड़े लिस्ट कढो भी कि ट्रेनिंग सेंटर्स है उन्होंने कॉल करो तो कहो असी ट्रांसफर कर दें, तो आपकी जी ऑनलाइन ट्रेनिंग है 40 आवर्स की वो टाइम यूटिलाइज कर लो इस टाइम के विच, तो वह कंप्लीट करो, जो कंडीशन नॉर्मल हो जाती है तो तुसी जो बाकी भी प्रोसैस है वह कंप्लीट करो एंड यू आर गुड टू गो। सो दिस वॉज माई टूडेज़ वीडियो,
होप यू लाइक दैट एंड स्टे सेफ स्टे कनेक्टेड थैंक यू।